ਖਾਓਗੇ ਕੇਲੇ ਲੱਗਣਗੇ ਮੇਲੇ ਪੀਓਗੇ ਬਦਾਮਾਂ ਵਾਲਾ ਦੁੱਧ ਰਹੋਗੇ ਹਮੇਸ਼ਾ ਸ਼ੁੱਧ ਨਹੀਂ ਕੋਈ ਚੀਜ਼ ਇਦਾਂ ਦੀ ਲੈ ਕੇ ਆਓ ਜਿਹੜਾ એનર્ਜੀ ਲੈਵਲ ਡਾਊਨ ਹੋ ਜਾਂਦਾ ਇੱਕ ਬੰਦਾ ਜਿਹੜਾ ਤੰਦਰੁਸਤ ਹੈ ਉਹ ਵੀ ਆਪਣੇ ਪਾਰਟਨਰ ਨੂੰ ਖੁਸ਼ ਨਹੀਂ ਕਰ ਪਾਂਦਾ ਜਿਹੜਾ ਕਹਿੰਦੇ ਨੇ ਕਿ ਸਾਡਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਸਾਡਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਾਨੂੰ ਬਿਨ ਮਤਲਬ ਤੋਂ ਟੈਨਸ਼ਨ ਹੋ ਜਾਂਦੀ ਹੈ ਸਾਨੂੰ ਅਗਰ ਥੋੜਾ ਜਿਹਾ ਵੀ ਕੰਮ ਸਾਨੂੰ ਓਵਰ ਹੋ ਜੇ ਤੇ ਸਾਨੂੰ ਲੱਗਦਾ ਕਿ ਸਾਡੇ ਤੇ ਪਹਾੜ ਜਿੰਨਾ ਬੋਝ ਹੈ ਸਾਡੇ ਬੌਸ ਨੇ ਪਾਤਾ ਕਰੰਟ ਅੰਦਰ ਹੋਣਾ ਬੋਡੀ ਦੇ ਬਹੁਤ ਜ਼ਰੂਰੀ ਹੈ ਜੇ ਤੁਹਾਡਾ એનર્ਜੀ ਦਾ ਲੈਵਲ ਪੂਰਾ ਹੋਏਗਾ ਤੁਹਾਡੇ ਅੰਦਰ ਕਰੰਟ ਪੂਰਾ ਹੋਏਗਾ ਤਾਂ ਹੀ ਤੁਸੀਂ ਕੋਈ ਵੀ ਕੰਮ ਐਫੀਸ਼ੀਐਂਟਲੀ ਤਰੀਕੇ ਨਾਲ ਕਰ ਪਾਓਗੇ ਤੁਸੀਂ ਕਹੋਗੇ ਮੇਰਾ ਤੇ ਮੇਰੀ ਤੇ ਜ਼ਿੰਦਗੀ ਬਦਲ ਗਈ ਮੇਰੇ ਚ ਇੰਨੀ ਤਾਕਤ ਇੰਨੀ એનર્ਜੀ ਇੰਨਾ ਮੈਂ ਫਰੈਸ਼ ਕਿੱਦਾਂ ਹੋ ਗਿਆ ਇਹ ਫਿਰ ਹੁਣ ਕੀ ਤਿਆਰ ਕੀਤੀ ਹੈ ਜੀ ਤੁਸੀਂ ਇਹ ਤੁਹਾਡੀ ਦੇਸੀ ਵੈਗਰਾ ਭਾਗ 13ਵਾਂ ਤੇ ਅੰਗਰੇਜ਼ੀ ਚ ਪਾਰਟ 13 ਤਿਆਰ ਹੋਈ ਹੈ अच्छा डॉक्टर जी ये नुस्खा किन्ने किन्ने ਲੋਕਾਂ ਦੇ ਉੱਤੇ ਕੰਮ ਕਰੇਗਾ ਔਰ ਕਿਵੇਂ ਕੰਮ ਕਰੇਗਾ ਔਰ ਇਹ ਕੀ ਕੰਮ ਕਰਦਾ ਸਾਰੀਆਂ ਰਿਪੋਰਟਾਂ ਬਿਲਕੁਲ ਨਾਰਮਲ ਨੇ ਜਿਹੜੇ ਐਕਟਿਵਸ ਵਰਮ ਕਾਊਂਟ ਨੇ ਉਹ ਵੀ ਬਹੁਤ ਵਧੀਆ ਨੇ ਤੇ ਉਸ ਤੋਂ ਬਾਅਦ ਜਦੋਂ ਮੰਨ ਲਓ ਵੀ ਪਾਸ ਸੈਲ ਵੀ ਨਹੀਂ ਹੈਗੀ ਗਰਮੀ ਵੀ ਨਹੀਂ ਪਈ ਸਰੀਰ ਦੇ ਵਿੱਚ ਧਾਤ ਵੀ ਨਹੀਂ ਪੈਂਦੀ ਪਈ ਸਪਨਦੋਸ਼ਮੀ ਨੂੰ ਦਵੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਉੱਥੇ ਕੀ ਹੈ ਉੱਥੇ ਹੈਗਾ ਲੈਕ ਆਫ એનર્ਜੀ ਕੀ ਇਹ ਸੋਚੋ ਵੀ ਤੁਸੀਂ ਜਿੰਨੀ ਵੀ ਤੁਹਾਡੀ ਐਜ ਹੈਗੀ ਤੁਸੀਂ ਉਹ ਤੋਂ 10 15 ਸਾਲ ਪਿੱਛੇ ਜਾਣਾ ਇਹ ਜਿਹੜਾ ਅਨਾਨਾਸ ਹੈ ਨਾ ਇਹ ਆਪਾਂ ਲੈਣਾ ਆਰਗੇਨਿਕ ਵਾਲਾ ਅਸਲੀ ਲੈਣਾ ਜਿੱਤੇ ਮਸਾਲਾ ਲੱਗਾ ਹੋਏ ਜਾਂ ਤਿਆਰ ਕੀਤਾ ਹੋਇਆ ਜਾਂ ਪ੍ਰੀਜ਼ਰਵ ਕੀਤਾ ਹੋਇਆ ਅਨਾਨਾਸ ਬਿਲਕੁਲ ਨਹੀਂ ਲੈਣਾ ਫਰੈਸ਼ ਪਾਈਨੈਪਲ ਲੈਣਾ ਜੀ ਉਹ ਲੈਣਾ ਆਪਾਂ ਬਦਾਮਾਂ ਵਾਲਾ ਦੁੱਧ ਬਦਾਮਾਂ ਵਾਲਾ ਦੁੱਧ ਬਣਾਉਣਾ ਬਹੁਤ ਸੌਖਾ ਤੁਸੀਂ ਘਰ ਬਣਾ ਸਕਦੇ ਹੋ ਬਦਾਮਾਂ ਨੂੰ ਗ੍ਰाइंड ਕਰਕੇ ਮਿਕਸਰ ਗ੍ਰਾਈਂਡਰ ਦੇ ਵਿੱਚ ਉਹ ਤੁਸੀਂ इजीली ਮਿਲਕ ਬਣਾ ਸਕਦੇ ਹੋ ਕੈਮਰਾਮੈਨ ਸਾਹਿਬ ਨੂੰ ਰਿਕਵੈਸਟ ਕਰਾਂਗਾ ਕਿ ਇਹਨੂੰ ਜ਼ੂਮ ਕਰਕੇ ਜ਼ਰੂਰ ਦਿਖਾਇਆ ਜਾਏ ਕਿ ਇਹਨੂੰ ਐਡ ਕਿੱਦਾਂ ਕਰਨਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqi ਅਸੀਂ ਹਮੇਸ਼ਾ ਹੀ ਤੁਹਾਡੇ ਲਈ ਕੁਦਰਤ ਦੀ ਗੋਦ ਦੇ ਵਿੱਚੋਂ ਅਜਿਹੇ ਨੁਸਖੇ ਅਜਿਹੇ ਫਾਰਮੂਲੇ ਲੈ ਕੇ ਆਉਣੇ ਆ ਜਿਸ ਦਾ ਕਿਸੇ ਨਾ ਕਿਸੇ ਤਰੀਕੇ ਤੁਹਾਡੇ ਸਰੀਰ ਨੂੰ ਜਿਹੜਾ بڑا ਫਾਇਦਾ ਹੋ ਸਕਦਾ ਹੈ ਅਜਿਹੇ ਦੇ ਵਿੱਚ ਅੱਜ ਅਸੀਂ ਇੱਕ ਬੜਾ ਅਨੋਖਾ ਨੁਸਕਾ ਉਹਨਾਂ ਲੋਕਾਂ ਵਾਸਤੇ ਲੈ ਕੇ ਆ ਰਹੇ ਹਾਂ ਜਿਹੜਾ ਕਹਿੰਦੇ ਨੇ ਕਿ ਸਾਡਾ ਕੰਮ ਤੇ ਜਾਣ ਨੂੰ ਦਿਲ ਨਹੀਂ ਕਰਦਾ ਸਾਡਾ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਸਾਨੂੰ ਬਿਨ ਮਤਲਬ ਤੋਂ ਟੈਨਸ਼ਨ ਹੋ ਜਾਂਦੀ ਹੈ ਸਾਨੂੰ ਅਗਰ ਥੋੜਾ ਜਿਹਾ ਵੀ ਕੰਮ ਸਾਨੂੰ ਓਵਰ ਹੋ ਜੇ ਤੇ ਸਾਨੂੰ ਲੱਗਦਾ ਕਿ ਸਾਡੇ ਤੇ ਪਹਾੜ ਜਿੰਨਾ ਬੋਝ ਹੈ ਸਾਡੇ ਬੌਸ ਨੇ ਪਾਤਾ ਹੈ ਸਾਡੇ ਕਲੀਗ ਨੇ ਪਾਤਾ ਹੈ ਜਾਂ ਫਿਰ ਸਾਨੂੰ ਹੋਰ ਪਾਸਿਓਂ ਗੈਰ ਜ਼ਰੂਰੀ ਸੋਚ ਵੀ ਜਿਹੜੀ ਇਹ ਨੁਸਖਾ ਤੁਹਾਡੀ ਉਹ ਖਤਮ ਕਰ ਸਕਦਾ ਹੈ ਪਹਿਲਾਂ ਅਸੀਂ ਗੱਲਬਾਤ ਕਰ ਲੈਂਦੇ ਹਾਂ ਸ਼ੁਰੂਆਤ ਕਰ ਲੈਂਦੇ ਹਾਂ ਸਮਝਾਂਗੇ ਇਥੇ ਜਿਹੜਾ ਸ਼ਹਿਦ ਵੀ ਪਿਆ ਹੈ, ਬਦਾਮਾਂ ਦਾ ਦੁੱਧ ਵੀ ਪਿਆ ਹੈ, ਕੇਲੇ ਵੀ ਨੇ ਔਰ ਇਸ ਵਾਰ ਬੜੀ ਖਾਸ ਗੱਲ ਇੱਕ ਅਨਾਨਾਸ ਵੀ ਹੈ। ਸਮਝਾਂਗੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਉਹਨਾਂ ਕੋਲੋਂ ਪਹਿਲਾਂ ਉਹਨਾਂ ਦਾ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਣੇ ਆ ਫਿਰ ਫਾਰਮੂਲੇ ਵੱਲ ਵੀ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਵੈਦ ਜੀ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਹਕੀਕਤ ਟੀਵੀ ਪੰਜਾਬੀ ਦੇਖਣ ਵਾਲਿਆਂ ਦਾ ਮੇਰਾ ਜਨਨੀ ਕਿ ਵੈਦ ਹਰਸ਼ਵੀਰ ਸਿੰਘ ਦਾ ਗੋਰਿਆਂ ਦੇ ਵੈਦ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ। ਅੱਛਾ ਤੁਹਾਡਾ ਚੁਕੰਦਰ ਵਾਲਾ ਜਿਹੜਾ ਨੁਸਖਾ ਜੀ ਚੁਕੰਦਰ ਖਾ ਕੇ ਲੋਕ ਬੜੇ ਸਕੰਦਰ ਬਣ ਗਏ ਤੇ ਹੁਣ ਤੁਸੀਂ ਅਨਾਨਾਸ ਖਵਾ ਕੇ ਕੇਲੇ ਖਵਾ ਕੇ ਇਹ ਕੀ ਕਰਨਾ ਚਾਹੁੰਦੇ ਹੋ ਕੀ ਨੁਸਖਾ ਹੈ ਤੁਹਾਡੇ ਹੱਥ ਕਿਵੇਂ ਲੱਗਿਆ ਦੇਖੋ ਜੀ ਸਾਡਾ ਇੱਥੇ ਆ ਕੇ ਵੀਡੀਓ ਬਣਾਉਂਦਾ ਜਿਹੜਾ ਪਰਪਸ ਏ ਉਹ ਇਹੀ ਏ ਵੀ ਇੱਕ ਐਜੂਕੇਸ਼ਨ ਪਰਪਸ ਤੇ ਇੱਕ ਅਵੇਅਰਨੈਸ ਸਪਰੈਡ ਕਰਨ ਲਈ ਇੱਕ ਜਾਣਕਾਰੀ ਦੇਣ ਲਈ ਤੁਹਾਨੂੰ ਤਾਕਿ ਤੁਸੀਂ ਕਹਿੰਦੇ ਘੰਦੇ ਜਿਹੜੇ ਅਖੌਤੀ ਵੈਦ ਨੇ ਜਿਹੜੇ ਤੁਹਾਡੀਆਂ ਜੇਬਾਂ ਦੇ ਉੱਤੇ ਡਾਕੇ ਮਾਰਦੇ ਨੇ ਜਿਹੜੇ ਆ ਕੇ ਤੁਹਾਡੇ ਮਿਹਨਤ ਦੀ ਕਮਾਈ ਜੋ ਤੁਹਾਡੇ ਬੱਚਿਆਂ ਉੱਤੇ ਲੱਗਣੀ ਚਾਹੀਦੀ ਏ ਤੁਹਾਡੀ ਫੈਮਿਲੀ ਉੱਤੇ ਲੱਗਣੀ ਚਾਹੀਦੀ ਏ ਤੁਹਾਡੇ ਓਵਰ ਆਲ ਜਿਹੜਾ ਤੁਹਾਡਾ ਵੈਲਫੇਅਰ ਏ ਜਿਹੜਾ ਤੁਹਾਡੇ ਅੱਗੇ ਵਧਣ ਦਾ ਜਿਹੜਾ ਸਿਸਟਮ ਏ ਉਹਨੂੰ ਸਾਰਾ ਕੁਝ ਰੋਕ ਕੇ ਤੇ ਆਪਣੀਆਂ ਜੇਬਾਂ ਭਰ-ਭਰ ਕੇ ਤੇ ਤੁਹਾਡਾ ਨੁਕਸਾਨ ਜਿਹੜਾ ਕਰਨ ਦੇ ਜਿਹੜਾ ਮੋਟਿਵ ਦੇ ਨਾਲ ਗਲਤ ਚੀਜ਼ਾਂ ਤੁਹਾਨੂੰ ਘੁਮਾਉਂਦੇ ਨੇ ਜਿੰਨਾ ਅਦਾ ਫਾਇਦਾ ਹੋਉਂਦਾ ਤੇ ਕੋਈ ਚਾਂਸ ਨਹੀਂ ਪਰ ਨੁਕਸਾਨ ਹੁੰਦਾ 100% ਚਾਂਸ ਹੁੰਦਾ ਉਹਨਾਂ ਚੀਜ਼ਾਂ ਤੋਂ ਉਹਨਾਂ ਜਿਹੜੀਆਂ ਜਾਲੀ ਜਿਹੜੇ ਜੜੀ ਬੂਟੀਆਂ ਕਹਿੰਦੇ ਨੇ ਜੜੀ ਬੂਟੀਆਂ ਦਾ ਕੁਝ ਵਿੱਚ ਨਾ ਨਿਸ਼ਾਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਤੋਂ ਬਚਾਉਣ ਲਈ ਤੁਹਾਨੂੰ ਇੱਥੇ ਹਰ ਬਰੀ ਨਵੇਂ ਤੋਂ ਨਵਾਂ ਇੱਕ ਟੌਪਿਕ ਨਵੇਂ ਤੋਂ ਨਵੀਂ ਇੱਕ ਅਵੇਅਰਨੈਸ ਸਪਰੈਡ ਕਰਨ ਦੀ ਨੀਅਤ ਨਾਲ ਇੱਥੇ ਨਵੇਂ ਵੀਡੀਓ ਲੈ ਕੇ ਆਈਦਾ ਜੀ 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 ਤੇ ਇਹ ਕੀ ਨੁਸਖਾ ਹੈ ਜਿਹੜਾ ਅੱਜ ਤੁਸੀਂ ਸਾਂਝਾ ਕਰਨ ਜਾ ਰਹੇ ਹੋ ਦੇਖੋ ਫਰੁਕੀ ਸਾਹਿਬ ਮੈਨੂੰ ਨਾ ਪਿਛਲੇ ਕਾਫੀ ਦਿਨਾਂ ਤੋਂ ਫੋਨ ਤੇ ਵੀ ਮੈਸੇਜ ਆ ਰਹੇ ਸੀਗੇ WhatsApp ਤੇ ਵੀ ਮੈਸੇਜ ਆ ਰਹੇ ਸੀਗੇ ਈਮੇਲ ਤੇ ਵੀ ਬੜੇ ਸਾਡੇ NRI ਭਰਾ ਸਾਨੂੰ ਬਹੁਤ ਲਾਈਕ ਕਰਦੇ ਨੇ ਤੇ ਉਹਨਾਂ ਦਾ ਵੀ ਅਸੀਂ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਹੱਥ ਜੋੜ ਕੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਇੰਨੀ ਐਕਸਟ੍ਰੀਮ ਮੋਟੀਵੇਸ਼ਨ ਦਿੰਦੇ ਨੇ ਵੀ ਉਹਨਾਂ ਦਾ ਪਿਆਰ صدਕਾ ਸਾਨੂੰ ਹਮੇਸ਼ਾ ਹੀ ਇੱਕ ਇਨਸਪੀਰੇਸ਼ਨ ਆਂਦੀ ਅੰਦਰੋਂ ਇੱਕ ਉਮੀਦ ਆਂਦੀ ਹੈ ਵੀ ਆਪਾਂ ਵਧੀਆ ਤੋਂ ਵਧੀਆ ਚੀਜ਼ਾਂ ਉਹਨਾਂ ਲਈ ਆਂਦੇ ਵੇਲੇ ਸਮੇਂ ਲਈ ਲੈ ਕੇ ਆਈਏ ਦੇਖੋ ਜਿਹੜੇ ਮੈਸੇਜ ਆਂਦੇ ਸੀ ਜਾਂ ਨੋਟੀਫਿਕੇਸ਼ਨ ਆਂਦੀਆਂ ਸੀ ਜਾਂ ਕਿਸੇ ਤਰ੍ਹਾਂ ਵੀ ਸਾਨੂੰ ਸਨੇਹ ਆਂਦੇ ਸੀਗੇ ਉਹ ਇਹੀ ਆਂਦੇ ਸੀਗੇ ਵੀ ਕੋਈ ਚੀਜ਼ ਇਦਾਂ ਦੀ ਲੈ ਕੇ ਆਓ ਜਿਹੜਾ એનર્ਜੀ ਲੈਵਲ ਡਾਊਨ ਹੋ ਜਾਂਦਾ ਇੱਕ ਬੰਦਾ ਜਿਹੜਾ ਤੰਦਰੁਸਤ ਹੈ ਉਹ ਵੀ ਆਪਣੇ ਪਾਰਟਨਰ ਨੂੰ ਖੁਸ਼ ਨਹੀਂ ਕਰ ਪਾਂਦਾ ਕਿਉਂਕਿ ਉਹਦਾ એનર્ਜੀ ਲੈਵਲ ਇੰਨਾ ਪੂਰ ਹੋ ਜਾਂਦਾ ਜਦੋਂ ਤੁਹਾਡਾ એનર્ਜੀ ਲੈਵਲ ਪੂਰ ਹੋ ਜਾਏਗਾ ਤੁਹਾਡਾ ਸਰੀਰ ਅੱਗੇ ਪਿੱਛੇ ਜਿੰਨਾ ਮਰਜੀ ਫਿੱਟ ਹੋਏ ਜਿੰਨੇ ਮਰਜੀ ਤੁਸੀਂ ਹਰ ਪਾਸਿਓਂ ਚੰਗੇ ਹੋ ਪਰ ਜਦੋਂ ਤੱਕ ਤੁਹਾਡਾ ਜਿਹੜਾ ਸਰੀਰ ਹੈ ਉਹਦੇ ਵਿੱਚ ਪ੍ਰੋਪਰ એનર્ਜੀ ਨਹੀਂ ਆਂਦੀ એનર્ਜੀ ਮੀਨਸ ਜਾਨ ਨਹੀਂ ਆਂਦੀ ਹਰ ਬੰਦਾ ਅੱਜ ਦੀ ਰੇਟ ਦੇ ਵਿੱਚ ਖਿਜਿਆ ਹੋਇਆ ਮੰਨ ਲਓ ਸਾਡੇ ਦੁਕਾਨਦਾਰ ਭਰਾ ਨੇ ਉਹਨਾਂ ਦੀ ਐਗਜ਼ਾਮਪਲ ਦੇ ਕੇ ਦੱਸ ਦਿੰਨਾ ਜੇ ਗਾਹਕ ਜ਼ਿਆਦਾ ਆ ਗਏ ਨੇ ਤਾਂ ਖਿਜ ਗਿਆ ਜੇ ਗਾਹਕ ਘਟ ਆਇਆ ਤਾਂ ਖਿਜ ਗਿਆ ਜੇ ਕੰਮ ਤੇ ਸਮੇਂ ਤੇ ਪਹੁੰਚ ਗਿਆ ਤਾਂ ਕਿਹਦੇ ਹੋਇਆ ਜੇ ਨਹੀਂ ਸਮੇਂ ਤੇ ਪਹੁੰਚਿਆ ਤਾਂ ਕਿਹਦੇ ਹੋਇਆ ਇਸ ਰਿਸ਼ਤੇਦਾਰੀ ਦੇ ਜਾਣੇ ਆ ਤਾਂ ਕਿਹਦੇ ਹੁੰਨੇ ਆ ਪਰਿਵਾਰ ਚ ਹੈ ਨੇ ਤਾਂ ਕਿਹਦੇ ਹੁੰਨੇ ਆ ਬਈ ਮੂਡ ਸਵਿੰਗ ਇੰਨਾ ਜ਼ਿਆਦਾ ਜ਼ਬਰਦਸਤੀ ਕਿਉਂ ਹੋ ਜਾਂਦਾ ਮੂਡ ਸਵਿੰਗ ਤਾਂ ਹੋ ਜਾਂਦਾ ਅੰਦਰੋਂ ਵੀ એનર્ਜੀ ਦਾ ਜਿਹੜਾ ਲੈਵਲ ਏ ਜਿੰਨਾ ਕਰੰਟ ਪਿੱਛੋਂ ਚਾਹੀਦਾ ਤੁਹਾਡੇ ਅੰਦਰ ਉਹਨਾਂ એનર્ਜੀ ਦਾ ਲੈਵਲ ਨਹੀਂ ਹੁੰਦਾ ਤੁਸੀਂ ਹਰ ਟਾਈਮ ਥੱਕੇ ਰਹਿੰਦੇ ਹੋ ਮਤਲਬ ਕਰੰਟ ਮੁੱਕ ਰਿਹਾ ਹੈ ਲੋਕਾਂ ਦਾ ਬਿਲਕੁਲ ਜੀ ਬਿਲਕੁਲ ਕਰੰਟ ਮੁੱਕ ਰਿਹਾ ਕਰੰਟ ਅੰਦਰ ਹੋਣਾ ਬਾਡੀ ਦੇ ਬਹੁਤ ਜ਼ਰੂਰੀ ਹੈ ਜੇ ਤੁਹਾਡਾ એનર્ਜੀ ਦਾ ਲੈਵਲ ਪੂਰਾ ਹੋਏਗਾ ਤੁਹਾਡੇ ਅੰਦਰ ਕਰੰਟ ਪੂਰਾ ਹੋਏਗਾ ਤਾਂ ਹੀ ਤੁਸੀਂ ਕੋਈ ਵੀ ਕੰਮ ਐਫੀਸ਼ੀਐਂਟਲੀ ਤਰੀਕੇ ਨਾਲ ਕਰ ਪਾਓਗੇ ਜੀ ਜੀ ਤੁਸੀਂ ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖੋਗੇ ਤੁਸੀਂ ਆਪਣੀ ਦੁਕਾਨਦਾਰੀ ਕਰਦੇ ਹੋ ਤੇ ਆਪਣੇ ਗਾਕਾਂ ਨੂੰ ਵੀ ਖੁਸ਼ ਰੱਖੋਗੇ ਕੋਈ ਵੀ ਕਸਟਮਰ ਡੀਲਿੰਗ ਕਰਦੇ ਹੋ ਜੇ ਜੌਬ ਕਰਦੇ ਹੋ ਤੇ ਆਪਣੇ ਜਿਹੜੇ ਵੀ ਤੁਹਾਡੇ ਬੌਸ ਨੇ ਉਹਨਾਂ ਨੂੰ ਵੀ ਖੁਸ਼ ਰੱਖੋਗੇ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕੋ ਚੀਜ਼ ਰਿਸਪੌਂਸੀਬਲ ਹੈ ਵੀ ਤੁਹਾਡੇ ਅੰਦਰ ਕਰੰਟ ਕਿੰਨਾ ਤੁਹਾਡਾ એનર્ਜੀ ਦਾ ਲੈਵਲ ਕਿਦਾਂ ਦਾ ਜੀ 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 ਅੱਛਾ ਤੇ ਫਿਰ ਜਿਹੜੇ ਇਹ ਤੁਸੀਂ ਰੱਖੇ ਨੇ ਇੱਥੇ ਸਜਾ ਕੇ ਤੁਸੀਂ ਰੱਖੇ ਨੇ ਟੇਬਲ ਤੁਸੀਂ ਸਜਾਇਆ ਹੋਇਆ ਹੈ ਅਨਾਨਾਸ ਦਾ ਮੈਨੂੰ ਸਮਝ ਨਹੀਂ ਆਂਦਾ ਤੁਸੀਂ ਅਨਾਨਾਸ ਦਾ ਯੂਜ਼ ਇਸ ਫਾਰਮੂਲੇ ਦੇ ਵਿੱਚ ਕਿਉਂ ਕਰ ਰਹੇ ਹੋ ਦੇਖੋ ਜੀ ਕੋਈ ਵੀ ਚੀਜ਼ ਹੁੰਦੀ ਹੈ ਪਹਿਲਾਂ ਉਹਦੇ ਤੇ ਆਪਾਂ ਰਿਸਰਚ ਕਰੀਦੀ ਹੈ ਆਪਣੇ ਵੱਲੋਂ ਕੁਝ ਵੀ ਸਾਡੇ ਦਿਮਾਗ ਚ ਆ ਗਈ ਗੱਲ ਆਪਾਂ ਉਹ ਨਹੀਂ ਕਰਨੀ ਕੋਈ ਵੀ ਚੀਜ਼ ਹੈ ਉਹ ਫਾਰਮੂਲਾ ਪਹਿਲਾਂ ਮੈਂ ਆਪਣੇ ਆਪ ਤੇ ਯੂਜ਼ ਕਰਦਾ ਵਾਂ ਨਹੀਂ ਜੀ ਆਪਣਾ ਐਕਸਪੀਰੀਅੰਸ ਹੀ ਕਦੋਂ ਯੂਜ਼ ਕਰਦੇ ਹੋ ਮੈਂ ਉਦੋਂ ਯੂਜ਼ ਕਰਦਾ ਵਾਂ ਜਦੋਂ ਮੈਨੂੰ ਲੱਗਦਾ ਵੀ ਮੇਰਾ ਮਾੜਾ ਆ ਜਾਂ એનર્ਜੀ ਲੈਵਲ ਡਾਊਨ ਹੁੰਦਾ ਮੈਂ ਉਹ ਜ਼ਰੂਰ ਯੂਜ਼ ਕਰਦਾ ਵਾਂ ਮੈਂ ਆਪਣੇ ਡੇ ਟੂ ਡੇ ਲਾਈਫ ਦੇ ਵਿੱਚ ਇਹਨੂੰ ਚੀਜ਼ ਨੂੰ ਯੂਜ਼ ਕਰਦਾ ਵਾਂ ਬਸ ਦਾ ਜਿਹੜੀ ਇਹਦੇ ਵਿੱਚ ਇੱਕੋ ਹੀ ਚੀਜ਼ ਜਿਹੜੀ ਸੋਚਣ ਵਾਲੀ ਹੈ ਜਾਂ ਕਰਨ ਵਾਲੀ ਹੈ ਵੀ ਹਰ ਸਮਾਨ ਆਪ ਤਿਆਰ ਕਰਨਾ ਹੁੰਦਾ ਜੀ ਉਸ ਲਈ ਥੋੜੀ ਜਿਹੀ ਮਿਹਨਤ ਜ਼ਰੂਰ ਕਰਨੀ ਆਪ ਤਿਆਰ ਕਿਵੇਂ ਜੀ ਜਿੱਦਾਂ ਹੁਣ ਮੰਨ ਲਓ ਵੀ ਆਪਾਂ ਕੇਲੇਆਂ ਦੀ ਐਗਜ਼ਾਮਪਲ ਲੈਂਦੇ ਆ ਕੇਲੇ ਬਾਜ਼ਾਰੋਂ ਕੱਚੇ ਮਿਲਦੇ ਨੇ ਉਹ ਤੁਸੀਂ ਬਿਨਾ ਮਸਾਲੇ ਵਾਲੇ ਕੇਲੇ ਯੂਜ਼ ਕਰਨੇ ਨੇ ਜਿਹਨੂੰ ਆਪਾਂ ਆਰਗੈਨਿਕ ਕਹਿ ਲੈਂਦੇ ਆ ਬਿਨਾ ਮਸਾਲੇ ਵਾਲੇ ਤੁਸੀਂ ਕੇਲੇ ਆਪ ਤਿਆਰ ਕਰਨੇ ਨੇ ਘਰ ਆ ਕੇ ਉਹਨਾਂ ਨੂੰ ਪਹਿਲਾਂ ਕੱਚੇ ਲੈ ਆਣਾ ਫਿਰ ਤੁਸੀਂ ਆਪ ਜਿਹੜਾ ਮਸਾਲਾ ਲਗਾ ਕੇ ਜੋ ਵੀ ਆਪਾਂ ਬਣਾਣਾ ਯੂਜ਼ ਕਰਾਂਗੇ ਉਹ ਮਸਾਲਾ ਲਗਾ ਤੁਸੀਂ ਯੂਜ਼ ਕਰ ਲਿਆ ਉਹ ਸਮਝੋ ਵੀ ਤੁਹਾਡਾ ਉਹਨੇ ਫਾਇਦਾ ਨਹੀਂ ਕਰਨਾ ਉਹਨਾਂ ਜ਼ਿਆਦਾ ਨੁਕਸਾਨ ਕਰ ਦੇਣਾ ਆ ਚੀਜ਼ ਹੁੰਦੀ ਹੈ ਥੋੜੀ ਜਿਹੀ ਮਿਹਨਤ ਮਾਰਨੀ ਪੈਂਦੀ ਹੈ ਮੇਰਾ ਵੀਰ ਕੋਈ ਵੀ ਚੀਜ਼ ਆਪਾਂ ਉਹਨੂੰ ਪ੍ਰੋਡਕਟ ਨੂੰ ਤਿਆਰ ਕਰਨਾ ਜਿੰਨੀ ਤੁਸੀਂ ਉਹਦੇ ਤੇ ਹਾਰਡ ਵਰਕ ਕਰੋਗੇ ਜਿੰਨੀ ਤੁਸੀਂ ਉਹਤੇ ਰਿਸਰਚ ਕਰੋਗੇ ਮੇਰੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਵੀਰਾਂ ਨੂੰ ਉਹਦਾ ਜ਼ਿਆਦਾ ਫਾਇਦਾ ਹੋਏਗਾ ਪਰ ਉਸ ਚੀਜ਼ ਨੂੰ ਥੋੜਾ ਜਿਹਾ ਡੀਪਲੀ ਜਾ ਕੇ ਸਮਝਣਾ ਪੈਂਦਾ ਅੱਛਾ ਫਿਰ ਜੀ ਇਹ ਨੁਸਕਾ ਕਿੰਨੇ ਕਿੰਨੇ ਲੋਕਾਂ ਦੇ ਉੱਤੇ ਕੰਮ ਕਰੇਗਾ ਔਰ ਕਿਵੇਂ ਕੰਮ ਕਰੇਗਾ ਔਰ ਇਹ ਕੀ ਕੰਮ ਕਰਦਾ ਹੈ ਦੇਖੋ ਜੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਣਾ ਵਾ ਤੁਹਾਨੂੰ ਮੇਰੀ ਗੱਲ ਜਾਦਾ ਵਧੀਆ ਸਮਝ ਆ ਜਾਏਗੀ ਤੇ ਮੇਰੇ ਕੋਲ ਪੇਸ਼ੈਂਟ ਸੀਗੇ ਇੱਕ ਆਪਾਂ ਜਦੋਂ ਉਹਨਾਂ ਦੇ ਸਾਰੇ ਟੈਸਟ ਦੇਖ ਕੇ ਸਾਰੇ ਟੈਸਟ ਉਹਨਾਂ ਦੇ ਨਾਰਮਲ ਸੀਗੇ ਬਿਲਕੁਲ ਕੋਈ ਪ੍ਰੋਬਲਮ ਨਹੀਂ ਸੀ ਹੈਗੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਵਾਈ ਦੀ ਲੋੜ ਨਹੀਂ ਹੈਗੀ ਉਹ ਕਹਿੰਦੇ ਜੀ ਅਸੀਂ ਤੇ ਬੜੇ ਹਜ਼ਾਰਾਂ ਲੱਖ ਰੁਪਏ ਖਰਾਬ ਕਰਕੇ ਤੁਹਾਡੇ ਕੋਲ ਪਹੁੰਚੇ ਆ ਤੇ ਤੁਸੀਂ ਸਾਨੂੰ ਹੁਣ ਦੁਕਾਨ ਵਾਲੀ ਗੱਲ ਕਰੀ ਜਾਂਦੇ ਵੇ ਸਾਨੂੰ ਤੁਸੀਂ ਦਵਾਈ ਦਿਓ ਅਸੀਂ ਬੜੀ ਦੂਰੋਂ ਆਏ ਆ ਮੈਂ ਉਹਨਾਂ ਨੂੰ ਕਿਹਾ ਵੀ ਜਦੋਂ ਤੁਹਾਨੂੰ ਦਵਾਈ ਦੀ ਕੋਈ ਲੋੜ ਹੀ ਨਹੀਂ ਹੈਗੀ ਤੇ ਫਿਰ ਤੁਹਾਨੂੰ ਕਿਹੜੀ ਦਵਾਈ ਦੇ ਦੀ ਹੈ ਤੇ ਉਹ ਕਹਿੰਦੇ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਦਵਾਈ ਦੀ ਜ਼ਰੂਰਤ ਹੈ ਜਾਂ ਨਹੀਂ ਹੈ ਜਦੋਂ ਕਿ ਟੈਸਟਾਂ ਦੇ ਵਿੱਚ ਅ ਕਈ ਵਾਰ ਨਹੀਂ ਵੀ ਆਉਂਦਾ ਦੇਖੋ ਉਹੀ ਗੱਲ ਉਹੀ ਅੱਜ ਇਹ ਟੌਪਿਕ ਚੱਲ ਰਿਹਾ ਸਾਡਾ ਉਹਦੇ ਬਾਰੇ ਹੀ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾ ਰਿਹਾ ਮੈਂ ਦੇਖਣ ਵਾਲਿਆਂ ਨੂੰ ਮੇਰੇ ਵੀਰਾਂ ਨੂੰ ਕਿ ਜ਼ਰੂਰੀ ਨਹੀਂ ਵੀ ਹਰ ਇੱਕ ਕੇਸ ਦੇ ਵਿੱਚ ਆਪਾਂ ਦਵਾਈ ਦੇ ਕੇ ਹੀ ਠੀਕ ਕਰਨਾ ਕੋਈ ਆਪਾਂ ਉਥੇ ਕਰਿਆਨੇ ਦੀ ਦੁਕਾਨ ਨਹੀਂ ਖੋਲ ਕੇ ਬੈਠੇ ਵੀ ਜਿਹੜਾ ਆਇਆ ਉਹਨੂੰ ਸੌਦਾ ਦੇ ਕੇ ਤੁਰਤਾ ਜਿੱਥੇ ਕੋਈ ਲੋੜ ਹੈਗੀ ਹੈ ਕਿੱਥੇ ਕੋਈ ਡੈਫੀਸ਼ੈਂਸੀ ਹੈ ਕਿਸੇ ਚੀਜ਼ ਦੀ ਕੋਈ ਘਾਟ ਹੈ ਕੋਈ ਬਿਮਾਰੀ ਟਰੇਸ ਆਊਟ ਹੁੰਦੀ ਪਈ ਹੈ ਮੰਨ ਲਓ ਕਿਸੇ ਦੇ ਪਾਸ ਸੈਲ ਵਧੇ ਹੋਏ ਨੇ ਜਾਂ ਸ਼ਕਰਾਨੂਆਂ ਦੀ ਕਮੀ ਹੈ ਉਹ ਹੋ ਗਏ ਟੈਕਨੀਕਲ ਰੀਜ਼ਨ ਵੀ ਹਾਂ ਇੱਥੇ ਦਵਾਈ ਦੀ ਲੋੜ ਹੈਗੀ ਹੈ ਵੀ ਇੱਥੋਂ ਦਵਾਈ ਤੋਂ ਬਗੈਰ ਨਹੀਂ ਸਰਨਾ ਠੀਕ ਹੈ ਬਟ ਜਿੱਥੇ ਆਪਾਂ ਕਹਿਦੀ ਇਹ ਵੀ ਸਾਰੀਆਂ ਰਿਪੋਰਟਾਂ ਬਿਲਕੁਲ ਨਾਰਮਲ ਨੇ ਜਿਹੜੇ ਐਕਟਿਵਸ ਬਰਮ ਕਾਊਂਟ ਨੇ ਉਹ ਵੀ ਬਹੁਤ ਵਧੀਆ ਨੇ ਤੇ ਉਤ ਤੋਂ ਬਾਅਦ ਜਦੋਂ ਮੰਨ ਲਓ ਵੀ ਪਾਸ ਸੈਲ ਵੀ ਨਹੀਂ ਹੈਗੇ ਗਰਮੀ ਵੀ ਨਹੀਂ ਪਈ ਸਰੀਰ ਦੇ ਵਿੱਚ ਧਾਤ ਵੀ ਨਹੀਂ ਪੰਦੀ ਪਈ ਸਪਨ ਦੋਸ਼ਮੀ ਨਹੀਂ ਹੁੰਦਾ ਵਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਉੱਥੇ ਕੀ ਹੈ ਉੱਥੇ ਹੈਗਾ ਲੈਕ ਆਫ એનર્ਜੀ ਜਿਹਦੇ ਬਾਰੇ ਅੱਜ ਆਪਾਂ ਟਾਪਿਕ ਦੇ ਬਾਰੇ ਗੱਲ ਕਰ ਰਹੇ ਹਾਂ ਉੱਥੇ ਉਹ ਜਿਹੜਾ ਫਾਰਮੂਲਾ ਸੀਗਾ ਮੈਂ ਜੋ ਆਪ ਯੂਜ਼ ਕਰ ਰਿਹਾ ਸੀਗਾ ਉਹੀ ਮੈਂ ਆਪਣੇ ਪੇਸ਼ੈਂਟ ਨੂੰ ਰეკਮੈਂਡ ਕੀਤਾ ਮੈਂ ਕਿਹਾ ਵੀ ਤੁਸੀਂ ਇਦਾਂ ਯੂਜ਼ ਕਰਕੇ ਦੇਖੋ ਦੇਖੋ ਫਰੂਕੀ ਸਾਹਿਬ ਉਹਨਾਂ ਨੇ ਸਿਰਫ ਇੱਕ ਹਫਤਾ ਉਹ ਫਾਰਮੂਲਾ ਜਮਾਇਆ ਸੱਤ ਦਿਨ ਸਿਰਫ 7 ਦਿਨਾਂ ਦੇ ਵਿੱਚ ਉਹ ਕਹਿੰਦਾ ਮੇਰੇ ਚ ਇੰਨੀ ਸਰੀਰ ਦੇ ਵਿੱਚ ਜਾਨ ਆ ਗਈ ਇੰਨੀ ਸਰੀਰ ਦੇ ਵਿੱਚ ਜਾਨ ਆ ਗਈ ਵੀ ਮੈਂ ਕਦੇ ਜਿੰਦਗੀ 'ਚ ਨਹੀਂ ਸੋਚਿਆ ਵੀ ਮੈਂ ਇੰਨਾ ਫਿੱਟ ਇੰਨਾ ਤੰਦਰੁਸਤ ਕਹਿੰਦਾ ਹੁਣ ਅੱਜ ਦੀ ਡੇਟ ਦੇ ਵਿੱਚ ਮੇਰਾ ਪਾਰਟਨਰ ਵੀ ਕਹਿੰਦਾ ਮੇਰੇ ਤੋਂ ਬਹੁਤ ਖੁਸ਼ ਏ ਤੇ ਮੇਰਾ ਬੌਸ ਵੀ ਮੇਰੇ ਤੋਂ ਬਹੁਤ ਖੁਸ਼ ਏ ਹਰ ਪਾਸਿਓ ਮੈਨੂੰ ਸਾਰੇ ਪਾਸਿਓ ਕਹਿੰਦੇ ਇਹ ਵੀ ਤੇਰੇ એનર્ਜੀ ਲੈਵਲ ਕਦੇ ਵੀ ਇੰਨਾ ਹਾਈ ਨਹੀਂ ਸੀ ਵੀ ਤੂੰ ਇੰਨਾ ਵਧੀਆ ਤੂੰ ਇੰਨਾ ਫਿੱਟ ਕਿੱਦਾਂ ਹੋ ਗਿਆ ਕਿੱਥੋਂ ਦਵਾਈ ਖਾਧੀ ਸਾਨੂੰ ਵੀ ਦੱਸ ਇਹੀ ਫਾਰਮੂਲਾ ਸੀ ਉਹ ਹਾਂਜੀ ਹਾਂਜੀ ਬਿਲਕੁਲ ਜੀ ਇਹੀ ਫਾਰਮੂਲਾ ਸੀ ਫਿਰ ਉਹਨਾਂ ਨੇ ਦੱਸਿਆ ਮੇਰੇ ਵੱਲੋਂ ਵੀ ਵੈਦ ਜੀ ਨੇ ਮੈਨੂੰ ਫਾਰਮੂਲਾ ਦੱਸਿਆ ਮੇਰੇ ਕੋਲ ਲਿਆ ਵੀ ਕੁਛ ਨਹੀਂ ਤੇ ਮੈਂ ਇਦਾਂ ਫਿੱਟ ਹੋ ਗਿਆ ਜੀ ਹਾਂਜੀ ਅੱਛਾ ਤੇ ਫਿਰ ਇਕ ਗੱਲੇ ਸਮਝਾਓ ਕਿ ਜਿਹੜਾ ਅਨਾਨਾਸਾਲਾ ਮਾਮਲਾ ਹੈਗਾ ਜਾਂ ਅਨਾਨਾਸ ਹੈਗਾ ਅਨਾਨਾਸ ਦੇ ਵਿੱਚ ਕੁਦਰਤ ਨੇ ਕੀ ਗੁਣ ਪਾਏ ਨੇ ਕੀ ਖਾਸੀਅਤ ਪਾਈ ਹੈ ਕਿਵੇਂ ਸਾਡੇ ਮੂਡ ਨੂੰ ਸਵਿੰਗ ਹੋਣ ਤੋਂ ਬਚਾਏਗਾ ਜਾਂ ਫਾਰਮੂਲਾ ਕਿਵੇਂ ਸਾਨੂੰ ਜਿਹੜਾ ਨੈਚੁਰਲ ਖੁਸ਼ੀ ਦੇਗਾ ਤੁਸੀਂ ਸਾਨੂੰ ਦੱਸ ਰਹੇ ਸੀ ਕਿ ਇਹ ਨੈਚੁਰਲ ਖੁਸ਼ੀ ਪੈਦਾ ਕਰ ਦੇਗਾ ਦੇਖੋ ਜੀ ਆਪਣੇ ਬੋਡੀ ਦੇ ਅੰਦਰ ਨਾ ਹੈਪੀ ਹਾਰਮੋਨਸ ਬੰਦੇ ਨੇ ਉਹ ਹੈਪੀ ਹਾਰਮੋਨਸ ਦੋ ਤਰ੍ਹਾਂ ਨਾਲ ਬੰਦੇ ਨੇ ਇੱਕ ਤੇ ਬੰਦੇ ਨੇ ਫੇਕ ਜਿਨ੍ਹਾਂ ਨੂੰ ਆਪਾਂ ਪੰਜਾਬੀ ਚ ਕਹਿੰਦੇ ਦਾ ਵੀ ਜਾਲੀ ਬੰਦੇ ਨੇ ਜਾਲੀ ਕਿਦਾਂ ਵੀ ਕੋਈ ਵੀ ਕੈਮੀਕਲ ਪਾ ਕੇ ਕਿਸੇ ਵੀ ਚੀਜ਼ ਦੇ ਵਿੱਚ ਦਿੱਤਾ ਜਾਏ ਤੋਂ ਟੈਂਪਰੇਰੀ ਤੌਰ ਤੇ ਜਿੱਦਾਂ ਆਪਾਂ ਸਰੀਰ ਨੂੰ ਬੇਕੂ ਬਣਾਉਣ ਵਾਲੀ ਗੱਲ ਹੁੰਦੀ ਹੈ ਵੀ ਮਾਈਂਡ ਨੂੰ ਬੇਕੂ ਬਣਾ ਰਹੇ ਆ ਵੀ ਜਿੱਦਾਂ ਆਪਾਂ ਸੌਫਟ ਡਰਿੰਕ ਹੈਗੇ ਨੇ ਜਿੰਨਾਂ ਚਿਰ ਪੀਉਂਦੇ ਆਗੇ ਨੇ ਉਹਨਾਂ ਦੇ ਵਿੱਚ ਉਹ ਕੈਮੀਕल्स ਯੂਜ਼ ਹੁੰਦੇ ਨੇ ਜਿਹੜੇ ਕਿ ਆਪਣੇ ਸਰੀਰ ਲਈ ਬਿਲਕੁਲ ਵੀ ਚੰਗੇ ਨਹੀਂ ਹੈਗੇ ਤੇ ਜਿਹੜਾ ਵੀ ਕੇ ਤਾਂ ਖੁਸ਼ੀ ਹੁੰਦੀ ਹੈ ਜੇ ਇੱਕ ਵਾਰ ਤੇ ਕੇ ਤੇ ਹਾਂ ਇੱਕ ਰੀ ਜਰੂਰ ਖੁਸ਼ੀ ਹੁੰਦੀ ਹੈ ਪਰ ਉਹ ਆਪਾਂ ਆਪਣੇ ਸਰੀਰ ਨੂੰ ਵੀ ਤੇ ਆਪਣੇ ਆਪ ਨੂੰ ਵੀ ਬੇਵਕੂਫ ਬਣਾ ਰਹੇ ਹਾਂ ਉਹ ਚੀਜ਼ਾਂ ਯੂਜ਼ ਕਰਕੇ ਕਿਉਂਕਿ ਲੌਂਗ ਰਨ ਦੇ ਉੱਤੇ ਉਹਨਾਂ ਚੀਜ਼ਾਂ ਦਾ ਨੁਕਸਾਨ ਹੀ ਨੁਕਸਾਨ ਹੈ ਉਹਨਾਂ ਨਾਲ ਆਪਾਂ ਨੂੰ ਡਾਇਬੀਟਿਸ ਵੀ ਹੋ ਸਕਦੀ ਹੈ ਕਈ ਕੁਝ ਹੋ ਸਕਦਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਾਂ ਨੂੰ ਲੱਗ ਸਕਦੀਆਂ ਹੈ ਹੈਡੈਕ ਵੀ ਹੋ ਸਕਦਾ ਸੋ ਇਹਨਾਂ ਚੀਜ਼ਾਂ ਤੇ ਬਜਾਏ ਜਿਹੜਾ ਇੱਕ ਕੁਦਰਤੀ ਜਿਹੜਾ ਨੇਚਰ ਨੇ ਸਾਨੂੰ ਗਿਫਟ ਦਿੱਤਾ ਹੈ ਨਾ ਵਧੀਆ ਹੁਣ ਮੈਂ ਪਾਈਨੈਪਲ ਦੇ ਬਾਰੇ ਤੁਹਾਨੂੰ ਕੁਝ ਗੱਲਾਂ ਇੱਕ ਸਾਂਝੀਆਂ ਕਰਾਂਗਾ ਸ਼ਾਇਦ ਮੇਰੇ ਵੀਰਾਂ ਨੂੰ ਸੁਣਨ ਵਾਲਿਆਂ ਨੂੰ ਉਹ ਗੱਲਾਂ ਬਾਰੇ ਗਿਆਨ ਹੋਏ ਪਤਾ ਹੋਏ ਕਈਆਂ ਨੂੰ ਨਹੀਂ ਵੀ ਹੋਏਗਾ ਸੋ ਆਪਾਂ ਇੱਕ ਵਾਰੀ ਥੋੜਾ ਜਿਆਦਾ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਏ ਵੀ ਪਾਈਨੈਪਲ ਦੇ ਜਿਹੜੇ ਬੈਨੀਫਿਟ ਨੇ ਉਹ ਕੀ ਨੇ ਇੱਕ ਤੇ ਸਭ ਤੋਂ ਜ਼ਿਆਦਾ ਇਹ ਨੇ ਤੁਹਾਡੇ એનર્ਜੀ ਲੈਵਲ ਜਿਹੜਾ ਉਹਨੂੰ ਬੂਸਟ ਕਰਨਾ ਉਸ ਤੋਂ ਬਾਅਦ ਇਹ ਨੇ ਤੁਹਾਡੀ ਜਿਹੜੀ ਡਾਈਜੈਸ਼ਨ ਪ੍ਰੋਸੈਸ ਹੈ ਉਹਨੂੰ ਬਹੁਤ ਵਧੀਆ ਕਰਨਾ ਇਹ ਜਿਹੜੇ ਕੈਂਸਰ ਨਾਲ ਫਾਈਟਿੰਗ ਜਿਹੜੇ ਅੰਦਰ ਸੈੱਲ ਬੰਦੇ ਨੇ ਉਹਨਾਂ ਨੂੰ ਇੰਪਰੂਵ ਕਰਦਾ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਸਕਦੀ ਹੈ ਤੁਹਾਡਾ ਇਮਿਊਨ ਸਿਸਟਮ ਹੈ ਉਹਨੂੰ ਬੂਸਟ ਕਰਦਾ ਮਤਲਬ ਇੰਨੇ ਜਿਆਦਾ ਬੈਨੀਫਿਟ ਹੈ ਜੇ ਆਪਾਂ ਸਾਰੇ ਦੱਸਣ ਬੈਜੀ ਇਹ ਤੇ ਵੀਡੀਓ ਸਾਡਾ ਬਹੁਤ ਲੰਬਾ ਹੋ ਜਾਏਗਾ ਸੋ ਆ ਮੋٹے ਮੋٹے ਹੈਗੇ ਨੇ ਵੀ ਮੇਨ ਜਿਹੜਾ ਹੈਗਾ ਇਹ એનર્ਜੀ ਦਾ ਇੰਨਾ ਕੁ ਜਿਆਦਾ એનર્ਜੀ ਨੂੰ ਟ੍ਰਿਗਰ ਕਰਕੇ ਇੰਨਾ ਕੁ ਜਿਆਦਾ ਤੁਹਾਡਾ ਜਿਹੜਾ ਟੈਸਟੋਸਟ੍ਰੋਨ ਹੈ ਉਹਨੂੰ ਬੂਸਟ ਕਰ ਦੇਗਾ ਇੱਕਦਮ ਹਾਂਜੀ ਜੀ 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 अच्छा ਤੇ ਫਿਰ ਨਾਲ ਤੁਸੀਂ ਇਸ ਵਾਰ ਕੇਲੇ ਦਾ ਵੀ ਇਸਤੇਮਾਲ ਹੈਗੇ ਜਿਹੜਾ ਫਾਰਮੂਲੇ ਤੁਸੀਂ ਕਰ ਰਹੇ ਹੋ ਕੇਲੇ ਚ ਜਿਹਹੀ ਕੀ ਚੀਜ਼ ਹੁੰਦੀ ਹੈ ਕੇਲਾ ਜਿਹੜਾ ਨਾ ਉਹ ਸਭ ਤੋਂ ਬਣਾਣੇ ਦੇ ਵਿੱਚ ਪੋਟਾਸ਼ੀਅਮ ਦਾ ਸੋਰਸ ਹੈ ਜੀ ਇਹ ਦੇਖੋ ਜਦੋਂ ਵਿਟਾਮਿਨ ਸੀ ਵਿਟਾਮਿਨ ਸੀ ਆਪਾਂ ਨੂੰ ਮਿਲ ਗਈ ਜੀ ਅ ਅਨਾਨਾਸ ਤੋਂ ਪਾਈਨੈਪਲ ਤੋਂ ਉਹਨੇ ਤੁਹਾਡਾ ਜਿਹੜਾ એનર્ਜੀ ਲੈਵਲ ਹਾਈ ਕਰਤਾ ਉਹਨੇ ਤੁਹਾਡਾ ਸਟੈਮਨਾ ਬੂਸਟ ਕਰਤਾ ਉਸ ਤੋਂ ਬਾਅਦ ਆਪਾਂ ਨੂੰ ਕਿਹੜੀ ਚੀਜ਼ ਹੋਰ ਚਾਹੀਦੀ ਏ ਹੋਰ ਨੂੰ ਕਰਨ ਲਈ ਚਾਹੀਦਾ ਆਪਾਂ ਨੂੰ ਪੋਟਾਸ਼ੀਅਮ ਜਦੋਂ ਪੋਟਾਸ਼ੀਅਮ ਤੇ ਵਿਟਾਮਿਨ ਸੀ ਆਪਸ ਦੇ ਵਿੱਚ ਦੋ ਹੀ ਚੀਜ਼ਾਂ ਦੇ ਮੇਨਲੀ ਸਾਰਿਆਂ ਦੇ ਵਿੱਚ ਘਾਟ ਹੁੰਦੀ ਹੈ ਜਿਨ੍ਹਾਂ ਦੇ ਵਿੱਚ એનર્ਜੀ ਜਿਹੜਾ ਲੈਵਲ ਹੈ ਉਹ ਘਟ ਜਾਂਦਾ ਹੈ ਡੈਫੀਸ਼ੀਐਂਸੀ ਆਫ એનર્ਜੀ ਲੈਵਲ ਹੋ ਜਾਂਦਾ ਉਹਦੇ ਵਿੱਚ ਆਹ ਦੋ ਚੀਜ਼ਾਂ ਹੀ ਜ਼ਿਆਦਾ ਕੰਮ ਆਉਂਦੀਆਂ ਇੱਕ ਆਂਦੀ ਹੈ ਜੀ ਵਿਟਾਮਿਨ ਸੀ ਤੇ ਦੂਜਾ ਆਂਦਾ ਜੀ ਪੋਟਾਸ਼ੀਅਮ ਜਦੋਂ ਇਹਨਾਂ ਦਾ ਕੰਬੀਨੇਸ਼ਨ ਹੋ ਗਿਆ ਦੋਨਾਂ ਚੀਜ਼ਾਂ ਦਾ ਤੇ ਇਹ ਬਹੁਤ ਵਧੀਆ ਕੰਬੀਨੇਸ਼ਨ ਬਣਦਾ ਵੀ ਸੋਰਸ ਆਫ એનર્ਜੀ એનર્ਜੀ ਬੂਸਟਰ ਇੰਨਾ ਵਧੀਆ ਕਿ ਤੁਸੀਂ ਦੋਨੋਂ ਚੀਜ਼ਾਂ ਨੂੰ ਜਦੋਂ ਮਿਲਾ ਕੇ ਇਕੱਠਾ ਕਰਕੇ ਲਓਗੇ ਤੇ ਇਹਨੇ ਬੋਡੀ ਦੀ ਜਿਹੜੀ એનર્ਜੀ ਲੈਵਲ ਹੈ ਉਹਨੂੰ ਬਹੁਤ ਜ਼ਿਆਦਾ ਹਾਈ ਕਰ ਦੇਣਾ ਤੁਸੀਂ ਹਮੇਸ਼ਾ ਚੁਸਤ ਫੁਰਤ ਤੇ ਤੁਹਾਡਾ ਜਿਹੜਾ ਡਾਈਜੈਸ਼ਨ ਪ੍ਰੋਸੈਸ ਉਹ ਬਹੁਤ ਵਧੀਆ ਹੋ ਜਾਏਗਾ ਜੀ ਜੀ ਅੱਛਾ ਇਹ ਇਹ ਫਾਰਮੂਲੇ ਬਣਾਉਣ ਦੀ ਜ਼ਰੂਰਤ ਕਿਉਂ ਪਈ ਤੁਹਾਨੂੰ ਸਾਨੂੰ ਬਹੁਤ ਸਾਰੇ ਲੋਕ ਨੇ ਜਿਹੜੇ ਸਵਾਲ ਕਰਦੇ ਨੇ ਕਮੈਂਟਾਂ ਦੇ ਵਿੱਚ ਵੀ ਸਵਾਲ ਕਰਦੇ ਨੇ ਕਿ ਇਹ ਫਾਰਮੂਲੇ ਬਣਾਉਣ ਦੀ ਕੀ ਜ਼ਰੂਰਤ ਹੈਗੀ ਸਾਡੇ ਕੋਲ ਗੋਲੀਆਂ ਕੈਪਸੂਲ ਹੈਗੇ ਨਹੀਂ ਦੇਖੋ ਜੀ ਸਾਡਾ ਇੱਥੇ ਬੈਠੇ ਕੋਈ ਆ ਨਹੀਂ ਵੀ ਮੈਂ ਅੱਜ ਤੱਕ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀਡੀਓ ਦੇ ਵਿੱਚ ਇਹ ਕਿਹਾ ਹੋਏ ਵੀ ਮੈਂ ਬੜੀ ਵਧੀਆ ਕੋਈ ਪ੍ਰੋਡਕਟ ਬਣਾਇਆ ਮੈਂ ਦਵਾਈ ਬਣਾਈ ਹੈ ਵੀ ਮੇਰੀ ਦਵਾਈ ਲਲੋ ਮੈਂ ਇਸ ਚੀਜ਼ ਤੇ ਬਲੀਵ ਕਰਦਾ ਵਾਂ ਵੀ ਜਿਹੜੀ ਨੇਚਰ ਏ ਜੇ ਆਪਾਂ ਨੇਚਰ ਨਾਲ ਜੁੜ ਕੇ ਰਵਾਂਗੇ ਤੇ ਸਾਨੂੰ ਕਿਸੇ ਵੀ ਦਵਾਈ ਦਾ ਗੋਲੀ ਦਾ ਲੋੜ ਹੀ ਨਹੀਂ ਪੈਣੀ ਇੱਥੇ ਹੈਗੀ ਆ ਆਪਾਂ ਇੱਕ ਅਵੇਅਰਨੈਸ ਕੈਂਪੇਨ ਚਲਾ ਰਹੇ ਆ ਐਜੂਕੇਸ਼ਨਲ ਪਰਪਸ ਤੇ ਆਪਾਂ ਵੀਡੀਓ ਬਣਾ ਰਹੇ ਆ ਸੋ ਸਾਡਾ ਜਿਹੜਾ ਮੇਨ ਮੋਟਿਵ ਇਹ ਵੇ ਕਿ ਤੁਹਾਨੂੰ ਫੇਰ ਦੁਬਾਰਾ ਮੁੜ ਕੇ ਨੇਚਰ ਨਾਲ ਅਸੀਂ ਵਿਆਗਰਾ ਦਾ ਨਾਮ ਕਿਉਂ ਯੂਜ਼ ਕਰਦੇ ਆਂ ਬਾਰ-ਬਾਰ ਵਿਆਗਰਾ ਦਾ ਨਾਮ ਯੂਜ਼ ਕਰਨ ਦਾ ਇਹ ਮਤਲਬ ਹੈ ਕਿ ਤੁਸੀਂ ਨਸ਼ੀਲੀਆਂ ਜਿਹੜੀਆਂ ਗੋਲੀਆਂ ਨੇ ਕੈਪਸੂਲ ਨੇ ਅਖੌਤੀ ਵੈਦਾਂ ਤੋਂ ਤੁਸੀਂ ਬਚੋ ਇਹ ਸਾਰੀਆਂ ਚੀਜ਼ਾਂ ਦੇ ਜਿੱਥੇ ਤੁਸੀਂ ਆਪਣਾ ਪੈਸਾ ਖਰਾਬ ਕਰ ਰਹੇ ਹੋ ਨਾਲ ਆਪਣੀ ਹੈਲਥ ਵੀ ਖਰਾਬ ਕਰ ਰਹੇ ਹੋ ਸੋ ਇਹਨਾਂ ਚੀਜ਼ਾਂ ਤੋਂ ਬਚ ਕੇ ਜੇ ਆਪਾਂ ਨੈਚੁਰਲ ਚੀਜ਼ਾਂ ਨਾਲ ਜੁੜ ਜਾਈਏ ਦੁਬਾਰਾ ਫੇਰ ਤੇ ਕਿੰਨੀ ਵਧੀਆ ਚੀਜ਼ ਹੈ ਵੀ ਆਪਣੀ ਜਿਹੜੀ એનર્ਜੀ ਲੈਵਲ ਹੈ ਉਹ ਵੀ ਹਾਈ ਰਹੇਗਾ ਤੇ ਆਪਣਾ ਲੱਗਾ ਵੀ ਕੁਛ ਨਹੀਂ ਤੇ ਸਾਰੇ ਪਾਸੇ ਬੈਨੀਫਿਟ ਹੀ ਬੈਨੀਫਿਟ ਵਾਦਾ ਹੀ ਵਾਦਾ ਘਾਟੇ ਵਾਲੀ ਕੋਈ ਗੱਲ ਹੈ ਹੀ ਨਹੀਂ ਇੱਥੇ ਜੀ ਜੀ ਹਾਂ ਤੇ ਫਿਰ ਤੁਸੀਂ ਇਹ ਇਹ ਕਿਸ ਚੀਜ਼ ਦਾ ਦੁੱਧ ਹੈ ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਬਾਅਦ ਚ ਦੱਸਾਂਗਾ ਮੈਂ ਪੁੱਛਿਆ ਸੀ ਤੁਹਾਨੂੰ ਕਿ ਇਹ ਕਿਸ ਚੀਜ਼ ਦਾ ਦੁੱਧ ਹੈ ਤੁਸੀਂ ਦੱਸਿਆ ਸੀ ਕਿ ਕੈਮਰੇ ਤੇ ਦੱਸਾਂਗੇ ਆਪਾਂ ਇਹ ਫਿਰ ਹੁਣ ਦੱਸ ਵੀ ਦਿਓ ਕਿਸ ਚੀਜ਼ ਦਾ ਦੁੱਧ ਹੈ ਮੇਰਾ ਧਿਆਨ ਵਾਰ-ਵਾਰ ਉਹਦੇ ਤੇ ਜਾ ਰਿਹਾ ਤੁਸੀਂ ਇਹ ਰੇ ਨਾਰਮਲ ਦੁੱਧ ਨਹੀਂ ਹੈ ਦੇਖੋ ਜੀ ਆ ਚੀਜ਼ਾਂ ਇਦਾਂ ਹੁੰਦੀਆਂ ਵੀ ਚੀਜ਼ਾਂ ਸਿਲੈਕਟਿਵਲੀ ਪਾਣੀਆਂ ਪੈਂਦੀਆਂ ਸੋਚ ਸਮਝ ਕੇ ਪਾਣੀਆਂ ਪੈਂਦੀਆਂ ਕਿਉਂਕਿ ਜਿਹੜਾ ਕੰਬੀਨੇਸ਼ਨ ਹੈ ਉਹ ਇਦਾਂ ਨਹੀਂ ਓਵਰ ਦਾ ਨਾਈਟ ਬਣ ਜਾਂਦਾ ਵੀ ਰਾਤੋ ਰਾਤ ਕੁਝ ਸੋਚਿਆ ਜਾਂ ਮੈਂ ਉਹ ਕਹਦਾ ਵੀ ਫਿਲਮਾਂ ਵਨੋਂ ਵੀ ਮੈਨੂੰ ਰਾਤੀ ਸੁਪਨਾ ਆਇਆ ਤੇ ਮੈਂ ਫਲਾਣੀ ਚੀਜ਼ ਬਣਾਤੀ ਇਦਾਂ ਨਹੀਂ ਹੁੰਦਾ ਉਹਦੇ ਪਹਿਲਾਂ ਰਿਸਰਚ ਕਰਨੀ ਪੈਂਦੀ ਹੈ ਸਾਇੰਟਿਫਿਕਲੀ ਸੋਚਣਾ ਪੈਂਦਾ ਸਾਡੇ ਭਰਾ ਬੜੇ ਸਮਝਦਾਰ ਨੇ ਉਹ ਹਰ ਚੀਜ਼ ਅੱਜਕੱਲ ਜਾ ਕੇ ਗੂਗਲ ਤੇ ਚੈੱਕ ਕਰਦੇ ਨੇ ਸੋ ਹਰ ਇੱਕ ਚੀਜ਼ ਦਾ ਇੱਕ ਮਹੱਤਵ ਹੈਗਾ ਉਹਦੀ ਕੋਈ ਵੈਲਿਊ ਹੈਗੀ ਹੈ ਤਾਂ ਉਹ ਚੀਜ਼ ਐਡ ਕਰਨੀ ਪੈਂਦੀ ਏ ਫਾਰ ਦਾ ਬੈਟਰ ਰਿਜ਼ਲਟਸ ਜੀ ਆਪਾਂ ਇਹ ਚੀਜ਼ ਚਾਹੁੰਦੇ ਆਂ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਲੱਗੇ ਨਾ ਵੀ ਤੁਹਾਨੂੰ ਇਸ ਚੀਜ਼ ਦਾ ਮੈਨੂੰ ਵੀ ਨਾ ਫੋਨ ਕਰਨਾ ਪਏ ਮੈਂ ਵੀ ਗੱਲ ਔਨ ਕੈਮਰਾ ਕਹਿ ਰਿਹਾ ਵਾਂ ਕਿ ਤੁਹਾਨੂੰ ਮੈਨੂੰ ਫੋਨ ਕਰਨ ਦੀ ਵੀ ਲੋੜ ਨਾ ਪਵੇ ਤੁਸੀਂ ਘਰ ਬੈਠੇ ਇੰਨੇ ਤੰਦਰੁਸਤ ਹੋ ਜਾਓ ਜੀ ਜੀ ਤੁਹਾਨੂੰ ਲੋੜ ਹੀ ਨਾ ਪਵੇ ਕਿਸੇ ਚੀਜ਼ ਦੀ ਸੋ ਜਿਹੜਾ ਬਦਾਮਾਂ ਵਾਲਾ ਦੁੱਧ ਇਹਨੂੰ ਐਡ ਕਰਨ ਦੇ ਪਿੱਛੇ ਬੜੀ ਵੱਡੀ ਇੱਕ ਕਹਾਣੀ ਹੈ ਉਹ ਮੈਂ ਅੱਜ ਤੁਹਾਨੂੰ ਔਨ ਕੈਮਰਾ ਡਿਸਕਲੋਜ਼ ਕਰ ਰਿਹਾ ਵਾਂ ਦੇਖੋ ਮੈਂ ਤੁਹਾਨੂੰ ਪਹਿਲਾਂ ਕੀ ਦੱਸਿਆ ਸੀਗਾ ਵੀ ਜਿਹੜਾ ਬੈਨੀਫਿਟ ਆਫ ਜਿਹੜੇ ਪਾਈਨੈਪਲ ਉਹ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਇਮਿਊਨ ਸਿਸਟਮ ਨੂੰ ਐਡ ਕਰਨਾ ਡਾਈਜੈਸ਼ਨ ਨੂੰ ਐਡ ਕਰਨਾ ਕੈਂਸਰ ਨੂੰ ਫਾਈਟ ਕਰਨ ਲਈ ਪ੍ਰੋਪਰਟੀਆਂ ਨਹੀਂ ਸੀ ਉੱਚੇ ਉੱਚੇ ਸਭ ਤੋਂ ਮੇਨ ਚੀਜ਼ ਸੀਗੀ ਵਿਟਾਮਿਨ ਸੀ ਵਿਟਾਮਿਨ ਸੀ ਦੇ ਨਾਲ ਆਪਣਾ ਬਨਾਣਾ ਦੇ ਬੈਨੀਫਿਟ ਮਿਲ ਗਏ ਪੋਟਾਸ਼ੀਅਮ ਵਿੱਚ ਪੈ ਗਿਆ ਹੁਣ ਕੀ ਰਹਿ ਗਿਆ ਸਾਡੇ ਕੋਲ ਵੀ ਜਿਹੜੀ ਚੀਜ਼ ਦੀ ਕਮੀ ਹੋ ਸਕਦੀ ਹੈ ਤੇ ਜਿਹੜੀ ਆਪਾਂ ਪੂਰੀ ਕਰਨੀ ਸੀਗੀ ਉਹ ਰਹਿ ਗਈ ਜੀ ਵਿਟਾਮਿਨ ਈ ਵਿਟਾਮਿਨ ਸੀ ਤੇ ਆਪਾਂ ਨੂੰ ਆਲਰੇਡੀ ਮਿਲ ਗਈ ਹੈ ਵਿਟਾਮਿਨ ਈ ਰਹਿ ਗਈ ਮੈਗਨੀਸ਼ੀਅਮ ਵੀ ਮਿਲ ਗਿਆ ਆਪਾਂ ਨੂੰ ਕੰਪਲੀਟ ਜਿਹੜਾ ਇੱਕ ਸੋਰਸ ਬਣਣ ਗਿਆ ਇਦਾਂ ਦਾ ਵੀ ਕਿਹਦੇ ਵਿੱਚ ਇਸ ਕੰਬੀਨੇਸ਼ਨ ਨੂੰ ਜੇ ਆਪਾਂ ਇੱਕ ਨਾਲ ਲਈਏ ਜੁਆਇਨ ਕਰ ਲਈਏ ਸਾਰੀਆਂ ਚੀਜ਼ਾਂ ਨੂੰ ਤੇ ਇੱਕ ਪਰਫੈਕਟ ਕੰਬੀਨੇਸ਼ਨ ਬਣ ਜਾਂਦਾ ਪਰਫੈਕਟ ਮੁਕੰਮਲ ਜੀ ਜੀ ਤੇ ਤੁਹਾਨੂੰ ਮੁਕੰਮਲ ਤੁਹਾਨੂੰ ਆ ਗਿਆ ਸੋਰਸ ਤੁਸੀਂ ਇਹ ਸੋਚੋ ਵੀ ਤੁਸੀਂ ਜਿੰਨੀ ਵੀ ਤੁਹਾਡੀ ਏਜ ਹੈਗੀ ਤੁਸੀਂ ਉਸ ਤੋਂ 10 15 ਸਾਲ ਪਿੱਛੇ ਜਾ ਜੋ ਜੀ 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 ਅਛਾ ਤੇ ਫਿਰ ਹੁਣ ਫਾਰਮੂਲਾ ਸਾਨੂੰ ਦੱਸੋ ਵੀ ਇਹ ਬਣਾਉਣਾ ਕਿਵੇਂ ਹੈ ਇਸਤੇਮਾਲ ਕਿਵੇਂ ਕਰਨਾ ਹੈ ਕੀਵਰਡ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਤੁਸੀਂ ਸਾਨੂੰ ਇਹ ਦੱਸੋ ਇਸਤੇਮਾਲ ਕਿਵੇਂ ਕਰਨਾ ਹੈ ਫਾਰਮੂਲਾ ਬਣਾਉਣਾ ਕਿਵੇਂ ਹੈ ਕਰਕੇ ਦੇਖੋ ਜੀ ਵੀਡੀਓ ਚਾਹੇ ਲੰਬੀ ਹੋਏ ਚਾਹੇ ਛੋਟੀ ਹੋਏ ਉਹਦੇ ਵਿੱਚ ਤੁਹਾਡੇ ਮਾਈਂਡ ਦੇ ਵਿੱਚ ਇੱਕ ਵੈਲਿਊ ਐਡ ਹੋ ਰਹੀ ਹੈ ਤੁਸੀਂ ਇੱਕ ਚੰਗੀ ਇਨਫੋਰਮੇਸ਼ਨ ਗੇਨ ਕਰ ਰਹੇ ਹੋ ਸੋ ਦੇਖਣ ਵਾਲਿਆਂ ਨੂੰ ਵੀ ਇਹ ਚੀਜ਼ ਬੜੇ ਧਿਆਨ ਨਾਲ ਦੇਖਣੀ ਚਾਹੀਦੀ ਹੁਣ ਮੈਂ ਸਾਰਾ ਫਾਰਮੂਲਾ ਤੁਹਾਨੂੰ ਇੱਕ ਇੱਕ ਚੀਜ਼ ਦਿਖਾਵਾਂਗਾ ਤਰੀਕੇ ਨਾਲ ਦਿਖਾਵਾਂਗਾ ਮੈਂ ਕੈਮਰਾ ਸਪੈਨ ਸਾਹਿਬ ਨੂੰ ਰਿਕੁਐਸਟ ਕਰਾਂਗਾ ਵੀ ਥੋੜਾ ਜਿਹਾ ਜ਼ੂਮ ਕਰਕੇ ਇੱਕ ਇੱਕ ਚੀਜ਼ ਮੇਰੇ ਵੀਰਾਂ ਭਰਾਵਾਂ ਨੂੰ ਗੱਲ ਸਮਝ ਜਾਣੀ ਚਾਹੀਦੀ ਹੈ ਬਿਨਾਂ ਸਕਿਪ ਕੀਤੇ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਜੇ ਤੁਸੀਂ ਇਹ ਚੀਜ਼ ਚਾਹੁੰਦੇ ਹੋ ਵੀ ਸਾਡੀ ਜ਼ਿੰਦਗੀ ਬਦਲ ਜਾਏ ਇੱਕ ਚੀਜ਼ ਇਹਦੇ ਵਿੱਚ ਜ਼ਰੂਰ ਐਡ ਕਰਾਂਗਾ ਵੀ ਕਿਸੇ ਸੁਪਰਵਾਈਜ਼ਨ ਤੋਂ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋਂ ਬਿਨਾ ਕਿਸੇ ਐਕਸਪਰਟ ਦੀ ਸਲਾਹ ਤੋਂ ਬਿਨਾ ਬਿਲਕੁਲ ਵੀ ਇਹ ਫਾਰਮੂਲਾ ਤੁਸੀਂ ਨਾ ਯੂਜ਼ ਕਰਿਓ ਆਪਾਂ ਇਹ ਇੱਕ ਐਜੂਕੇਸ਼ਨਲ ਪਰਪਸ ਤੇ ਬਣਾ ਰਹੇ ਹਾਂ ਜੀ 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 ਕੀ ਫਾਰਮੂਲਾ ਜੀ ਫਿਰ ਤੁਸੀਂ ਫਾਰਮੂਲੇ ਵਾਲਾ ਨਹੀਂ ਆ ਜੀ ਬਿਨਾ ਆਪਾਂ ਹੁਣ ਕਿਸੇ ਟਾਈਮ ਦਾ ਹਰਜਾ ਕੀਤੇ ਦੇਖੋ ਜੀ ਆਪਾਂ ਇੱਕ ਆ ਜਾਰ ਲੈ ਲੈਣਾ ਮਿਕਸਰ ਗ੍ਰਾਈਂਡਰ ਅੱਜ ਕੱਲ ਸਾਰਿਆਂ ਦੇ ਘਰਾਂ ਚ ਕੋਮਨਲੀ ਪਾਇਆ ਜਾਂਦਾ ਤੇ ਇਹ ਹੈਗਾ ਜੀ ਪੂਰਾ ਕੰਪਲੀਟ ਅਨਾਨਾਸ ਹੈਗਾ ਜੀ ਕੈਮਰਾਮੈਨ ਸਾਹਿਬ ਨੂੰ ਮੈਂ ਰਿਕੁਐਸਟ ਕਰਾਂਗਾ ਕੀ ਤੇ ਜ਼ੂਮ ਕਰਕੇ ਦਿਖਾਇਆ ਜਾਏ ਇਹ ਜਿਹੜਾ ਅਨਾਨਾਸ ਹੈ ਨਾ ਇਹ ਆਪਾਂ ਲੈਣਾ ਆਰਗੈਨਿਕ ਵਾਲਾ ਅਸਲੀ ਲੈਣਾ ਜਿੱਤੇ ਮਸਾਲਾ ਲੱਗਾ ਹੋਏ ਜਾਂ ਤਿਆਰ ਕੀਤਾ ਹੋਇਆ ਜਾਂ ਪ੍ਰੀਜ਼ਰਵ ਕੀਤਾ ਹੋਇਆ ਅਨਾਨਾਸ ਬਿਲਕੁਲ ਨਹੀਂ ਲੈਣਾ ਫਰੈਸ਼ ਪਾਈਨੈਪਲ ਲੈਣਾ ਜੀ ਠੀਕ ਹੈ ਜੀ ਇੱਥੇ ਆਹ ਦੇਖ ਲਓ ਜੀ ਪਾਈਨੈਪਲ ਐਦਾਂ ਦਾ ਹੁੰਦਾ ਜੀ ਫਰੈਸ਼ ਪਾਈਨੈਪਲ ਉਹਨੂੰ ਆਪਾਂ ਛਿੱਲ ਕੇ ਤੇ ਇਸ ਫਾਰਮ 'ਚ ਲੈ ਆਣਾ ਪਹਿਲਾਂ ਆਹ ਦੇਖੋ ਜੀ ਕੈਮਰਾਮੈਨ ਸਾਬ ਨੂੰ ਰਿਕਵੈਸਟ ਕਰਾਂਗਾ ਵੀ ਕਰੀ ਇਹਨੂੰ ਜ਼ੂਮ ਕਰਕੇ ਜ਼ਰੂਰ ਦਿਖਾਇਆ ਜਾਏ ਇਹ ਦੇਖਣ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਹੋਏ ਦੇਖੋ ਜੀ ਇਹ ਜਿਹੜਾ ਇੱਕ ਪਾਈਨੈਪਲ ਇਹਨਾਂ ਦਾ ਘੱਟੋ ਘਾਟ 6 ਦਿਨ ਚੱਲ ਜਾਣਾ ਆਪਾਂ ਇੰਨਾ ਕੋ ਪਾਈਨੈਪਲ ਇੱਕ ਵਾਰ ਦੇ ਵਿੱਚ ਯੂਜ਼ ਕਰਨਾ ਠੀਕ ਹੈ ਜੀ ਤੇ ਇਹ ਆਪਾਂ ਇੱਕ ਆਲਰੇਡੀ ਸੀ ਇਹ ਇੱਕ ਸਲਾਈਸ ਨੂੰ ਆਪਾਂ ਕੱਟ ਕੇ ਇਹ ਕੋਲੀ ਦੇ ਵਿੱਚ ਪਾਇਆ ਹੋਇਆ ਪਹਿਲਾਂ ਹੀ ਕਿ ਟਾਈਮ ਨਾ ਵੇਸਟ ਹੋਏ ਤੇ ਆਪਣੇ ਇਹਨੂੰ ਇਹਦੇ ਵਿੱਚ ਐਡ ਕਰ ਲੈਣਾ ਠੀਕ ਹੈ ਜੀ ਉਤ ਤੋਂ ਬਾਅਦ ਆਪਾਂ ਇਸ ਤਰ੍ਹਾਂ ਦੇ ਬਨਾਣਾ ਲੈਣੇ ਨੇ ਜਿਹੜੇ ਕਿ ਤਿਆਰ ਨਾ ਹੋਣ ਕੱਚੇ ਬਨਾਣਾ ਲੈ ਕੇ ਬਾਜ਼ਾਰੋਂ ਉਹਨਾਂ ਨੂੰ ਆਪ ਤਿਆਰ ਕਰਨਾ ਬਿਨਾ ਮਸਾਲੇ ਵਾਲੇ ਲੈਣੇ ਨੇ ਆਰਗੈਨਿਕ ਬਨਾਣਾ ਲੈਣੇ ਨੇ ਉਹਨਾਂ ਨੂੰ ਆਪਾਂ ਕੱਟ ਕੇ ਪਹਿਲਾਂ ਹੀ ਰੱਖਿਆ ਹੋਇਆ ਆ ਤੁਹਾਡੀ ਸਹੂਲਤ ਲਈ ਵੀ ਵੀਡੀਓ ਜਿਆਦਾ ਲੰਬਾ ਨਾ ਹੋਏ ਉਹਨੂੰ ਆਪਾਂ ਇਹਦੇ ਵਿੱਚ ਪਾ ਲੈਣਾ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਆਪਾਂ ਜਿਹੜਾ 3rd ਸਟੈਪ ਫਾਲੋ ਕਰਨਾ ਉਹ ਲੈਣਾ ਆਪਾਂ ਬਦਾਮਾਂ ਵਾਲਾ ਦੁੱਧ ਬਦਾਮਾਂ ਵਾਲਾ ਦੁੱਧ ਬਣਾਣਾ ਬਹੁਤ ਸੌਖਾ ਆ ਤੁਸੀਂ ਘਰ ਬਣਾ ਸਕਦੇ ਹੋ ਬਦਾਮਾਂ ਨੂੰ ਗ੍ਰाइंड ਕਰਕੇ ਮਿਕਸਰ ਗ੍ਰਾਈਂਡਰ ਦੇ ਵਿੱਚ ਉਹਦਾ ਤੁਸੀਂ ਈਜ਼ੀਲੀ ਮਿਲਕ ਬਣਾ ਸਕਦੇ ਹੋ ਮਿਲਕ ਜਿਹੜਾ ਆਪਾਂ ਲੈਣਾ ਉਹ ਲੈਣਾ ਆਪਾਂ ਪਿਓਰ ਮਿਲਕ ਹੋਏ ਜਿਹੜਾ ਘਰ ਦਾ ਦੁੱਧ ਹੁੰਦਾ ਫਰੈਸ਼ ਦੁੱਧ ਕੈਮਰਾਮੈਨ ਸਭ ਨੂੰ ਰਿਕਵੈਸਟ ਕਰਾਂਗਾ ਕਿ ਇਹਨੂੰ ਜ਼ੂਮ ਕਰਕੇ ਜ਼ਰੂਰ ਦਿਖਾਇਆ ਜਾਏ ਕਿ ਇਹਨੂੰ ਐਡ ਕਿੱਦਾਂ ਕਰਨਾ ਦੁੱਧ ਨੂੰ ਐਡ ਕਰਨ ਦੀ ਬਜਾਏ ਲਾਸਟ ਜਿਹੜਾ ਸਾਡਾ ਹੈਗਾ ਚੀਜ਼ ਪਾਉਣ ਵਾਲੀ ਹੈ ਜੀ ਉਹ ਹੈਗੀ ਹੈ ਜੀ ਹਨੀ ਖਨੀ ਜਿਹੜਾ ਲੈਣਾ ਆਰਗੈਨਿਕ ਹਨੀ ਲੈਣਾ ਪਿਓਰ ਹਨੀ ਲੈਣਾ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੇ ਹਨੀ ਮਿਲਦੇ ਨੇ ਪਰ ਜਿਹੜਾ ਪਿਓਰ ਵਾਲਾ ਹਨੀ ਹੈ ਉਹੀ ਲੈਣਾ ਜਿਹੜਾ ਕਿ ਉਹਦਾ ਇਹ ਚੈੱਕ ਕਰਨ ਦਾ ਹਨੀ ਨੂੰ ਚੈੱਕ ਕਰਨ ਦਾ ਤਰੀਕਾ ਇਹ ਵੇ ਕਿ ਆਰਗੈਨਿਕ ਜਿਹੜਾ ਹਨੀ ਉਹ ਕਦੀ ਵੀ ਨਾ ਉਹਦਾ ਬੋਟਮ ਜਿਹੜਾ ਹੁੰਦਾ ਤਲਾ ਹੁੰਦਾ ਉਹ ਕਦੀ ਵੀ ਨਹੀਂ ਜੰਮੇਗਾ 2 ਚਮਚ ਹਨੀ ਨੂੰ ਐਡ ਕਰਨ ਦੀ ਬਾਅਦ ਆਪਾਂ ਇਹਦਾ ਜਿਹੜਾ ਮਿਕਸਰ ਗ੍ਰਾਈਂਡਰ ਹੈ ਇਹਦਾ ਉੱਪਰੋਂ ਮੂੰਹ ਜਿਹੜਾ ਉਹਨੂੰ ਬੰਦ ਕਰ ਲੈਣਾ ਚੰਗੀ ਤਰ੍ਹਾਂ ਟਾਈਟਲੀ ਇਦਾਂ ਕਰਕੇ ਫਿਰ ਇਹਨੂੰ ਆਪਾਂ ਲਾ ਦੇਣਾ ਹੈ ਮਸ਼ੀਨ ਦੇ ਉੱਤੇ ਮਸ਼ੀਨ ਦੇ ਉੱਤੇ ਲਾ ਕੇ ਇਹਨੂੰ ਆਪਣੇ ਹੱਥ ਨੂੰ ਇਦਾਂ ਉੱਪਰੋਂ ਦਬਾ ਕੇ ਇਹਨੂੰ ਚੰਗੀ ਤਰ੍ਹਾਂ ਤੇ ਇਦਾਂ ਚਲਾ ਦੇਣਾ ਜੀ ਕਰਕੇ ਨਾ ਤੁਹਾਡਾ ਦੇਸੀ ਵੈਗਰਾ ਤਿਆਰ ਹੋ ਰਹੀ ਹੈ ਇਹ ਇਹ ਫਿਰ ਹੁਣ ਕੀ ਤਿਆਰ ਕੀਤੇ ਜੀ ਤੁਸੀਂ ਇਹ ਤੁਹਾਡੀ ਦੇਸੀ ਵੈਗਰਾ ਭਾਗ 13ਵਾਂ ਤੇ ਅੰਗਰੇਜ਼ੀ ਚ ਪਾਰਟ 13 ਤਿਆਰ ਹੋਈ ਐ ਤੇ ਇਹਦਾ ਜਿੰਨੇ ਜਿੰਨੇ ਤੁਸੀਂ ਸੇਵਨ ਕਰੋਗੇ ਮੈਂ ਚਾਹਾਂਗਾ ਵੀ ਫਰੂਕੀ ਸਾਹਿਬ ਜਰੂਰ ਇਹਦਾ ਇੱਕ ਵਾਰੀ ਮੇਰੇ ਕਹਨ ਤੇ ਟੇਸਟ ਕਰਨ ਤੇ ਆਪਾਂ ਇਹਨੂੰ ਜਾਗ ਵਿੱਚੋਂ ਕੱਢ ਕੇ ਗਲਾਸ ਚ ਪਾ ਕੇ ਤੇ ਆਪਣੇ ਫਰੂਕੀ ਸਾਹਿਬ ਨੂੰ ਜਰੂਰ ਪਿਾਵਾਂਗੇ ਤੇ ਪੀ ਕੇ ਦੱਸਣ ਵੀ ਦੇਸੀ ਵੈਗਰਾ ਕਿਦਾਂ ਦੀ ਤਿਆਰ ਹੋਈ ਜੀ ਜੀ ਤੇ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਪੀਣਾ ਕਿਵੇਂ ਹੈ ਜੀ ਫਿਰ ਜਿਵੇਂ ਮੈਂ ਪੁੱਛ ਰਿਆ ਇਹਨੂੰ ਆਰਾਮ ਨਾਲ ਹੌਲੀ ਹੌਲੀ ਕਰਕੇ ਪੀਣਾ ਹੈ ਕਾਲੀ ਜਿਹੀ ਨਹੀਂ ਪੀਣਾ ਬਿਲਕੁਲ ਹੌਲੀ ਹੌਲੀ ਕਰਕੇ ਪੀਣਾ ਸਿੱਪ ਸਿੱਪ ਕਰਕੇ ਪੀਣਾ ਤੇ ਜਦੋਂ ਇਹ ਆਪਾਂ ਯੂਜ਼ ਕਰ ਲਈਏ ਉਹਦੇ ਤੋਂ ਘੱਟੋ ਘੱਟ ਅੱਧਾ ਘੰਟਾ ਬਾਅਦ ਕੋਈ ਨਾ ਕੋਈ ਚੀਜ਼ ਆਪਾਂ ਖਾ ਸਕਦੇ ਹਾਂ ਜਾਂ ਪਾਣੀ ਪੀ ਸਕਦੇ ਹਾਂ ਅੱਧਾ ਘੰਟਾ ਬਿਲਕੁਲ ਕੋਈ ਚੀਜ਼ ਨਹੀਂ ਖਾਣੀ ਆਪਾਂ ਅੱਛਾ ਟਾਈਮ ਕਿਹੜਾ ਰਹੇਗਾ ਟਾਈਮੇ ਕਿਸੇ ਟਾਈਮ ਵੀ ਤੁਸੀਂ ਲੈ ਸਕਦੇ ਹੋ ਸਵੇਰੇ ਵੀ ਲੈ ਸਕਦੇ ਹੋ ਸ਼ਾਮ ਨੂੰ ਵੀ ਲੈ ਸਕਦੇ ਹੋ ਦੁਪਹਿਰ ਨੂੰ ਵੀ ਲੈ ਸਕਦੇ ਹੋ ਰਾਤ ਦੀ ਰੋਟੀ ਤੋਂ ਬਾਅਦ ਨਹੀਂ ਆਪਾਂ ਇਹਨੂੰ ਕੰਜ਼ੂਮ ਕਰਨਾ ਰਾਤ ਦੀ ਰੋਟੀ ਤੋਂ ਬਾਅਦ ਜਦੋਂ ਆਪਾਂ ਇਹਨੂੰ ਕੰਜ਼ੂਮ ਕਰਾਂਗੇ ਤੇ ਸਾਡਾ ਪੇਟ ਅਪਸੈਟ ਹੋਣ ਦਾ ਚਾਂਸਸ ਬਣ ਜਾਂਦਾ ਕਰੇਗਾ ਕੀ ਕਰੇਗਾ ਬਸ ਜਦੋਂ ਤੁਸੀਂ ਯੂਜ਼ ਕਰੋਗੇ ਫੇਰ ਮੈਨੂੰ ਦੱਸਿਓ ਕੀ ਕਰੇਗਾ ਤੇ ਕੀ ਨਹੀਂ ਕਰੇਗਾ ਤੇ ਇਹ ਮੈਂ ਫਰੂਕੀ ਸਾਹਿਬ ਨੂੰ ਕਹਾਂਗਾ ਵੀ ਔਨ ਕੈਮਰਾ ਇਕ ਕਰੀ ਨੂੰ ਟੇਸਟ ਕਰਕੇ ਦਿਖਾਏ ਵੀ ਜਦੋਂ ਇਹ ਟੇਸਟ ਆਏਗਾ ਤੁਹਾਨੂੰ ਇਹਦਾ ਬੜਾ ਜ਼ੈਕੀਦਰ ਟੇਸਟ ਹੈ ਹਾਂ ਇਹ ਤੁਸੀਂ ਆਪ ਕਹੋਗੇ ਵੀ ਮਤਲਬ ਇਹ ਟੇਸਟੀ ਵੀ ਇੰਨਾ ਤੇ ਮਜ਼ੇਦਾਰ ਵੀ ਇੰਨਾ ਤੇ ਰਿਜ਼ਲਟ ਵੀ ਇੰਨੇ ਦੇ ਵਧੀਆ ਹੈਗੇ ਨੇ ਤੁਸੀਂ ਆਪ ਯੂਜ਼ ਕਰੋਗੇ ਤੁਸੀਂ ਕਹੋਗੇ ਮੇਰਾ ਤੇ ਮੇਰੀ ਤੇ ਜ਼ਿੰਦਗੀ ਬਦਲ ਗਈ ਮੇਰੇ ਚ ਇੰਨੀ ਤਾਕਤ ਇੰਨੀ એનર્ਜੀ ਇੰਨਾ ਮੈਂ ਫਰੈਸ਼ ਕਿਦਾਂ ਹੋ ਗਿਆ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਫਾਰਮੂਲਾ ਸਾਂਝਾ ਕਰਨ ਦੇ ਲਈ ਅੱਛਾ ਵੈ ਜੀ ਜੇਕਰ ਤੁਹਾਨੂੰ ਮਿਲਣਾ ਹੋਵੇ ਮਿਲਣ ਦੀ ਕੀ ਪ੍ਰਕਿਰਿਆ ਹੈਗੀ ਹੈ देखो जी ਮੈਨੂੰ ਮਿਲਣ ਦਾ ਸਿਸਟਮ ਬੜਾ ਆਸਾਨ ਹੈ ਕੋਈ ਵੀ ਮੈਨੂੰ ਮਿਲ ਸਕਦਾ ਜੀ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮੈਂ ਮਿਲਦਾ ਹਾਂ ਜੀ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਮਿਲਦਾ ਹਾਂ ਕਿਸੇ ਵੀ ਮੇਰੇ ਵੀਰ ਭਰਾਣੇ ਮੈਨੂੰ ਮਿਲਣਾ ਮਿਲਣ ਦੀ ਕੋਈ ਫੀਸ ਨਹੀਂ ਹੈਗੀ ਮੈਨੂੰ ਮਿਲਣ ਲਈ ਆਪਣੀਆਂ ਦੋਨੋਂ ਰਿਪੋਰਟਾਂ ਜ਼ਰੂਰ ਨਾਲ ਲੈ ਕੇ ਆਇਓ ਇੱਕ ਯੂਰੀਨ ਟੈਸਟ ਦੀ ਰਿਪੋਰਟ ਚਾਹੀਦੀ ਹੈ ਇੱਕ ਸੀਮੈਂਟ ਟੈਸਟ ਦੀ ਰਿਪੋਰਟ ਚਾਹੀਦੀ ਹੈ ਰੂਟੀਨ ਵਾਲੀ ਰਿਪੋਰਟ ਚਾਹੀਦੀ ਹੈ ਰੂਟੀਨ ਟੈਸਟ ਵਾਲੀ ਤੇ ਇਹ ਦੋਨੋਂ ਰਿਪੋਰਟਾਂ ਲੈ ਕੇ ਮੈਨੂੰ ਕਿਸੇ ਟਾਈਮ ਵੀ ਕੋਈ ਵੀ ਆ ਕੇ ਮਿਲ ਸਕਦਾ ਮਿਲਣ ਦੀ ਕੋਈ ਮੈਨੂੰ ਫੀਸ ਨਹੀਂ ਆਈ ਸਲਾਹ مشورہ ਕਰਨ ਦੀ ਕੋਈ ਫੀਸ ਨਹੀਂ ਹੈਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸੰ ਅਵਾਧ ਹਰਸ਼ਵੀਰ ਜੀ ਜਿਨ੍ਹਾਂ ਨੇ ਅਨਾਨਾਸ ਕੇਲੇ ਅਤੇ ਸ਼ਹਿਦ ਦੇ ਨਾਲ ਨਾਲ ਬਦਾਮਾਂ ਵਾਲੇ ਦੁੱਧ ਤੋਂ ਇਹ ਨੁਸਖਾ ਤਿਆਰ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਉਹਨਾਂ ਦਾ ਦਾਵਾ ਹੈ ਕਿ ਜਿਹੜਾ ਸ਼ਖਸ ਇਸ ਫਾਰਮੂਲੇ ਨੂੰ ਨੁਸਕੇ ਨੂੰ ਸਤਕੂ ਦਿਨ ਇਸਤੇਮਾਲ ਕਰ ਲੇਗਾ ਤਾਂ ਉਹਨੂੰ ਉਹਦੇ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਫਿਲਹਾਲ ਇਹ ਵੀਡੀਓ ਕਮੇ ਲਗੀ ਇਸ ਬਾਬਤ ਵੀ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਆਗਿਆ ਧੰਨਵਾਦ